ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਅਤੇ ਸਵਾਗਤ ਹੈ ਜੀ ਅਰਬਨ ਪੇਂਡੂ ਸਟੂਡੀਓ ਚੈਨਲ ਦੀ ਇੱਕ ਹੋਰ ਨਵੀਂ ਅਤੇ ਤਾਜ਼ੀ ਵੀਡੀਓ ਦੇ ਵਿੱਚ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਜਣੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਓ। ਅੱਗੇ ਵੱਧਦੇ ਹੋਏ ਗੱਲਾਂ ਬਾਤਾਂ ਕਰਾਂਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਰੇ 'ਚ। ਬੱਬੂ ਮਾਨ, ਬਿਲਾਲ ਸੱਯਦ ਅਤੇ ਕੌਰ ਵੀ ਨੇ ਕੀ ਕੁਝ ਆਖਿਆ ਉਹ ਵੀ ਗੱਲਾਂ ਬਾਤਾਂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਗੱਲ ਕਰ ਲੈਂਦੇ ਜੀ ਲੱਖਾ ਸਿਧਾਣਾ ਦੇ ਬਾਰੇ 'ਚ। ਲੱਖਾ ਸਿਧਾਣਾ ਦੀ ਗੱਲ ਕਰੀਏ ਤਾਂ ਆਪਣੀ ਪੰਜਾਬ ਬਚਾਓ ਯਾਤਰਾ ਹੈ ਜਿਹੜੀ ਲੱਖਾ ਸਿਧਾਣਾ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਕੱਢ ਰਹੇ ਨੇ, ਅਤੇ ਇਸੇ ਦੇ ਦਰਮਿਆਨ ਇੱਕ ਗੱਲਬਾਤ ਦੀ ਵੀਡੀਓ ਲੱਖਾ ਸਿਧਾਣਾ ਦੀ ਸਾਹਮਣੇ ਆਈ ਹੈ, ਜਿੱਥੇ ਕਿ ਦੋਸਤੋ ਜਿਹੜੇ ਲੋਕ ਆਪਣੀਆਂ ਜ਼ਮੀਨਾਂ ਧੜ ਧੜ ਵੇਚ ਰਹੇ ਨੇ ਉਹਨਾਂ ਨੂੰ ਲੱਖਾ ਸਿਧਾਣਾ ਕੁਝ ਕੁ ਗੱਲਾਂ ਸਮਝਾ ਰਹੇ ਨੇ। ਕਿਹੜੀਆਂ ਨੇ ਉਹ ਗੱਲਾਂ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਕਿ 5 ਤੋਂ 7 ਸਾਲ ਤੱਕ ਜਦੋਂ ਆਪਣੀਆਂ ਜ਼ਮੀਨਾਂ ਬਚਾ ਕੇ ਤਾਂ ਪੰਜਾਬ ਰਾਜ ਕਰੂ ਮੇਰੀ ਗੱਲ ਯਾਦ ਰੱਖੀ, ਕਿਉਂਕਿ ਵੱਡੇ ਵੱਡੇ ਹਾਈਵੇ ਨਿਕਲ ਰਹੇ ਆ, ਭਾਰਤ ਵਾਲਾ ਪ੍ਰੋਜੈਕਟ ਨੂੰ ਕਹਿੰਦੇ ਆ। ਮੇਰੇ ਪਿੰਡ ਵਿੱਚ ਵੀ 2 ਸੜਕਾਂ ਬੜੀਆਂ ਚੌੜੀਆਂ ਨਿਕਲੀਆਂ ਨੇ, 100-100 ਮੀਲ ਤੱਕ ਕੋਈ ਕੱਟ ਨਹੀਂ ਹੈਗਾ। ਇਹ ਸਾਰੇ ਹਾਈਵੇ ਗੁਜਰਾਤ, ਕਾਂਗਲਾ, ਬੰਗਾਲ, ਬੰਦਰਗਾਹ ਨਾਲ ਜੋੜਤੇ, ਵਾਘਾ ਬਾਰਡਰ ਵੀ ਖੁੱਲੂ, ਰਸੈਨੀ ਵਾਲਾ ਵੀ ਖੁੱਲੂ, ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਗਈ, ਇਹ ਵਪਾਰ ਹੋਣੇ ਆ। ਅੱਜ ਤੋਂ 5-7 ਸਾਲ ਬਾਅਦ ਪੰਜਾਬ ਦੀ ਧਰਤੀ ਦੇ ਗਿੱਠ ਥਾਂ ਵੀ ਪਾਣੀ ਉਚਾਉਣੀ ਗਿੱਠ ਵੀ, ਆਪਾਂ ਕਹਿੰਦਾ ਜ਼ਮੀਨ 'ਚ ਰਿਹਾ ਨਹੀਂ ਕੁਛ, ਖੇਤੀ 'ਚ ਬਚਦਾ ਨਹੀਂ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਿੰਗਰ ਬਿਲਾਲ ਸੱਯਦ ਦੇ ਬਾਰੇ 'ਚ। ਤਾਂ ਉਹਨਾਂ ਦੀ ਇੱਕ ਵੀਡੀਓ ਹੈ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਪਿਛਲੇ ਦਿਨਾਂ ਤੋਂ ਲੈ ਕੇ, ਉਹਨਾਂ ਦੀ ਇੱਕ ਇਹ ਲਾਈਵ ਕੌਨਸਰਟ ਦੀ ਵੀਡੀਓ ਹੈ। ਅਤੇ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਲਾਈਵ ਕੌਨਸਰਟ ਜਦੋਂ ਚੱਲ ਰਿਹਾ ਹੁੰਦਾ ਸਟੇਜ ਦੇ ਉੱਤੇ ਉਹ ਗਾ ਰਹੇ ਹੁੰਦੇ ਆ, ਤਾਂ ਅਚਾਨਕ ਹੀ ਦੋਸਤੋ ਉਹ ਆਪਣਾ ਮਾਈਕ ਹੈ ਜਿਹੜਾ ਉਹ ਆਡੀਅੰਸ ਵੱਲ ਨੂੰ ਚਲਾ ਕੇ ਮਾਰਦੇ ਨੇ। ਅਤੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਵੀ ਇਸ ਵੀਡੀਓ ਨੂੰ ਲੈ ਕੇ ਆ ਜਿਹੜਾ ਦਿੱਤਾ ਗਿਆ, ਅਤੇ ਜਿੱਥੇ ਕਿ ਉਹਨਾਂ ਨੇ ਪੋਸਟ ਪਾਉਂਦਿਆਂ ਹੋਇਆ ਦੋਸਤੋ ਦੱਸਿਆ ਕਿ ਸਟੇਜ ਦੇ ਉੱਤੇ ਜਦੋਂ ਉਹ ਗਾ ਰਹੇ ਸੀ ਤਾਂ ਥੱਲਿਓਂ ਕਿਸੇ ਨੇ ਮਿਸਬਿਹੇਵ ਕੀਤਾ ਸੀ, ਇਸੇ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਸੀ। ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟ ਜ਼ਰੂਰ ਕਰਿਓ। ਅੱਗੇ ਵੱਧਦੇ ਹੋਏ ਗੱਲ ਕਰਾਂਗੇ ਜੀ ਬੱਬੂ ਮਾਨ ਹੋਰਾਂ ਦੇ ਬਾਰੇ 'ਚ। ਅਤੇ ਬੱਬੂ ਮਾਨ ਹੋਰਾਂ ਦਾ ਨਾਮ ਹੈ ਜਿਹੜਾ ਅੱਜ ਕੱਲ੍ਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੀ ਰਹਿੰਦਾ, ਅਤੇ ਹੁਣ ਤੁਹਾਨੂੰ ਦੱਸ ਦਈਏ ਕੋਈ ਨਾ ਕੋਈ ਆਰਟਿਸਟ ਉਹਨਾਂ ਦਾ ਜ਼ਿਕਰ ਕਰਦਾ ਹੀ ਰਹਿੰਦਾ। ਅਤੇ ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜੀ ਕੌਰ ਵੀ ਹੋਰਾਂ ਦੀ, ਜਿੱਥੇ ਉਹਨਾਂ ਨੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਇਸ ਸਟੋਰੀ ਦੇ ਵਿੱਚ ਉਹ ਬੱਬੂ ਮਾਨ ਹੋਰਾਂ ਦਾ ਇੱਕ ਗਾਣਾ ਹੈ ਜਿਹੜਾ ਉਹ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਆ, ਆਓ ਤੁਹਾਨੂੰ ਵੀ ਦਿਖਾਉਂਦੇ ਹਾਂ। ਇਸ ਤੋਂ ਇਲਾਵਾ ਦੋਸਤੋ ਬੱਬੂ ਮਾਨ ਹੋਰਾਂ ਦਾ ਅੱਜ ਜਿਹੜਾ ਬਠਿੰਡੇ ਲਾਈਵ ਸ਼ੋਅ ਆ ਉਸ ਦੀ ਵੀਡੀਓ ਆਪਾਂ ਪਹਿਲਾਂ ਹੀ ਅਪਲੋਡ ਕਰ ਚੁੱਕੇ ਹਾਂ, ਅਤੇ ਉਹ ਵੀਡੀਓ ਤੁਹਾਨੂੰ ਆਪਣੇ ਐਂਡ ਸਕਰੀਨ ਦੇ ਉੱਤੇ ਵੀ ਮਿਲ ਜਾਊਗੀ, ਅਤੇ ਉਹ ਵੀ ਜਾ ਕੇ ਜ਼ਰੂਰ ਚੈੱਕ ਕਰਿਓ। ਅਤੇ ਹੋਰ ਤਾਜ਼ਾ ਅਪਡੇਟਸ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।